ਬਾਸਮਤੀ ਦੇ ਘੱਟੇ ਰੇਟਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਵੱਲੋਂ ਵੱਖਰਾ ਪ੍ਰਦਰਸ਼ਨ ਕੀਤਾ ਗਿਆ ਹੈ, ਜਿੱਥੇ ਕਿ ਬਾਸਮਤੀ ਨੂੰ ਸੜਕਾਂ ਦੇ ਉੱਤੇ ਰੋੜਿਆ ਜਾ ਰਿਹਾ ਹੈ। ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਵੱਡੇ ਪੱਧਰ ਦੇ ਉੱਤੇ ਬਾਸਮਤੀ ਜਿਹੜੀ ਹੈ ਇਸ ਵੇਲੇ ਸੜਕਾਂ 'ਤੇ ਖਿਲਾਰਨ ਦਾ ਕੰਮ ਕੀਤਾ ਜਾ ਰਿਹਾ ਹੈ। ਦਰਅਸਲ ਬਾਸਮਤੀ ਦਾ ਮੁੱਲ ਘਟਣ ਦੇ ਨਾਲ ਕਿਸਾਨਾਂ ਦੀ ਆਮਦਨ ਬਿਲਕੁਲ ਨਾ ਦੇ ਬਰਾਬਰ ਹੋ ਗਈ ਹੈ, ਜਿਸ ਕਰਕੇ ਕਿਸਾਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ। ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਕਿ ਕਿਸਾਨਾਂ ਵੱਲੋਂ ਆਪਣੀ ਫਸਲ ਨੂੰ ਜਿਹੜਾ ਹੈ ਉਹ ਰੋੜਿਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਬਾਸਮਤੀ ਜਿਹੜਾ ਹੈ ਇਸ ਵੇਲੇ ਆਪਣੇ ਸਭ ਤੋਂ ਘੱਟ ਪੜਾਅ 'ਤੇ ਹੈ, 2000 ਦੇ ਕਰੀਬ ਇਸ ਦਾ ਮੁੱਲ ਰਹਿ ਗਿਆ ਹੈ, ਜੋ ਕਿ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ ਪਿਆ, ਜਿਸ ਕਰਕੇ ਕਿਸਾਨ ਜਿਹੜੇ ਨੇ ਆਪਣੀ ਫਸਲ ਜਿਹੜੀ ਹੈ ਉਹ ਸੜਕਾਂ 'ਤੇ ਰੋੜਨ ਨੂੰ ਮਜਬੂਰ ਨੇ, ਸੜਕਾਂ 'ਤੇ ਸੁੱਟਣ ਨੂੰ ਮਜਬੂਰ ਨੇ। ਤਾਂ ਇਹ ਕਿਸਾਨ ਦੀ ਬਦਹਾਲੀ ਦੀ ਤਸਵੀਰ ਹੈ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਟੀ ਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅਤੇ ਵੱਡੇ ਪੱਧਰ ਦੇ ਉੱਤੇ ਬਾਸਮਤੀ ਨੂੰ ਜਿਹੜਾ ਹੈ ਸੜਕਾਂ 'ਤੇ ਸੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ। ਤਾਂ ਇਸ ਵੇਲੇ ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਨੇ, ਗੱਲਬਾਤ ਕਰਾਂਗੇ। ਸਰਵਨ ਸਿੰਘ ਪੰਧੇਰ ਮੌਜੂਦ ਨੇ। ਪੰਧੇਰ ਸਾਹਿਬ, ਇਹ ਵੱਖਰਾ ਅੰਦਾਜ਼ ਹੈ ਕਿ ਸੜਕਾਂ ਦੇ ਉੱਤੇ ਅੱਜ ਬਾਸਮਤੀ ਸੁੱਟੀ ਜਾ ਰਹੀ ਹੈ। ਦੇਖੋ, ਪੁੱਤਾਂ ਵਾਲੀ ਪਾਲੀ ਚੀਜ਼ ਕੋਈ ਨਹੀਂ ਸੁੱਟਣਾ ਚਾਹੁੰਦਾ। ਜਦੋਂ ਉਹਨਾਂ ਚੀਜ਼ਾਂ ਦਾ ਕੋਈ ਮੁੱਲ ਨਾ ਰਹਿ ਜੇ ਫਿਰ ਸੁੱਟਣੀਆਂ ਪੈਂਦੀਆਂ। ਵੀ ਕੋਈ ਬੋਲੀ ਸਰਕਾਰ, ਚਾਹੇ ਕੇਂਦਰ ਹੋਵੇ ਚਾਹੇ ਪੰਜਾਬ, ਸਾਡੀ ਗੱਲ ਸੁਣ ਲਵੇ। 4000 ਦੀ ਚੀਜ਼ 1700 'ਚ ਵਿਕ ਰਹੀ ਆ, ਤਾਂ ਕਿਸਾਨ 'ਤੇ ਵੈਸੇ ਮਾਰਿਆ ਗਿਆ ਸੀ, ਕਹਿੰਦੇ ਸੀ ਸਾਨੂੰ ਮਾਰਨਾ ਚਾਹੁੰਦੇ ਆ, ਅਸੀਂ ਅੱਜ ਸਪਸ਼ਟ ਕਰਾ ਦਿੱਤਾ ਵੀ ਮਾਰ ਰਹੇ ਨੇ ਸਾਨੂੰ। ਪਰ ਇਹ ਤਾਂ ਪ੍ਰਾਈਵੇਟ ਖਰੀਦ ਹੁੰਦੀ ਹੈ, ਇਹਦੀ ਸਰਕਾਰੀ ਖਰੀਦ ਨਹੀਂ ਹੁੰਦੀ। ਅਤੇ ਕਿਉਂ ਨਹੀਂ, ਜਦੋਂ ਪ੍ਰਾਈਵੇਟ ਕੌਮਾਂਤਰੀ ਮੰਡੀ ਵਿੱਚ ਇਹਦੇ ਰੇਟ ਬਹੁਤ ਜ਼ਿਆਦਾ ਨੇ, ਤਾਂ ਫਿਰ ਕਿਉਂ ਤੁਸੀਂ ਇਹਦੇ ਮੰਡੀ 'ਚ ਲੈਣ ਜਾਓ? ਤਾਂ ਇਹ 100 ਰੁਪਏ ਕਿਲੋ ਮਿਲਦੀ ਆ, 100 ਰੁਪਏ, ਫਿਰ ਸਾਨੂੰ ਕੋਈ ਰੋਲਿਆ ਜਾ ਰਿਹਾ? ਇਹ ਤਾਂ ਤੁਹਾਨੂੰ ਬਾਹਰੋਂ ਡਾਲਰ ਮੰਗਾ ਕੇ ਦਿੰਦੀ ਆ, ਤਾਂ ਗਿਣ ਮਿਥ ਕੇ ਮਾਰ ਰਹੇ ਨੇ। ਮਾਰਕੀਟ 'ਚ 100 ਰੁਪਏ ਕਿਲੋ ਤੋਂ ਵੱਧ ਵਿਕਦਾ? ਬਿਲਕੁਲ। ਤਾਂ ਫਿਰ ਸਾਨੂੰ ਕੋਈ ਮਾਰਨਾ ਚਾਹੁੰਦੇ ਨੇ? ਅਸਲ ਵਿੱਚ ਸਾਨੂੰ ਮਾਰਨ 'ਤੇ ਤੁਲੇ ਆ, ਅਸੀਂ ਮਰਨ ਤੋਂ ਪਹਿਲਾਂ ਰੌਲਾ ਪਾ ਲੈਣਾ ਚਾਹੁੰਦੇ ਹਾਂ। ਇਹਦੇ ਨਾਲ ਕੀ ਸਮਝਦੇ ਹੋ ਕਿ ਇੱਕ ਬਹੁਤ ਸ਼ਰਮ ਵਾਲੀ ਗੱਲ ਆ ਕਿ ਕਿਸਾਨ ਦੀ ਹੁਣ ਫਸਲ ਵੀ ਸੜਕਾਂ 'ਤੇ ਆ ਗਈ ਹੈ? ਬਿਲਕੁਲ, ਸ਼ਰਮ ਵਾਲੀ ਤਾਂ ਗੱਲ ਛੱਡੋ, ਸਾਡੀ ਖੇਤੀ ਸੈਕਟਰ ਦਾ ਉਜਾੜਾ ਹੋ ਰਿਹਾ ਵਾ। ਬਿਲਕੁਲ, ਲੋਹ ਪਾਲਾ ਨੂੰ ਕਹਿ ਤੋ ਉਜਾੜਾ ਕਰਕੇ ਸਾਨੂੰ ਰੋਲਣਾ ਚਾਹੁੰਦੇ ਨੇ। ਤੁਸੀਂ ਵੇਖ ਸਕਦੇ ਹੋ ਕਿਸਾਨ ਤੇ ਸਰ, ਪਰ ਇਹ ਬਾਜ਼ਾਰ ਦੇ ਵਿੱਚ ਫੋਰਨ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ ਵਿਕਦੀ ਹੈ, ਬਹੁਤ ਮਹਿੰਗੇ ਭਾਅ 'ਚ ਵਿਕਦੀ ਹੈ। ਹਾਂ ਬਿਲਕੁਲ ਵਿਕਦੀ ਆ, ਇਹੀ ਤਾਂ ਦੁੱਖ ਵਾਲੀ ਗੱਲ ਆ ਵੀ ਜਦੋਂ ਕੌਮਾਂਤਰੀ ਮੰਡੀ 'ਚ ਇਹਦਾ ਰੇਟ ਬਹੁਤ ਜ਼ਿਆਦਾ ਵਾ, ਫਿਰ ਸਾਨੂੰ ਕੋਈ ਰੋਲਿਆ ਜਾ ਰਿਹਾ? ਇਹੀ ਰੌਲਾ ਵਾ। ਤੇ ਮਾਂ ਦਾ ਪੁੱਤ ਪੱਲਣ ਵੇਲੇ ਬਹੁਤ ਪਿਆਰਾ ਹੁੰਦਾ, ਤੁਹਾਨੂੰ ਵੀ ਫਸਲ ਬਹੁਤ ਪਿਆਰੀ ਹੈ, ਪਰ ਇਸ ਵੇਲੇ ਫਸਲ ਦਾ ਇਹ ਹਾਲਾਤ ਨੇ। ਸਾਡੀ ਦੁੱਖ ਦੀ ਗੱਲ ਹੈ, ਤੁਸੀਂ ਕਿਸੇ ਚੈਨਲ 'ਤੇ ਖਬਰ ਸੁਣੀ ਬਾਸਮਤੀ ਦੀ ਰੋਲ ਰਹੀ ਆ? ਤੁਸੀਂ 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 ਕਿਸੇ ਅਖਬਾਰ 'ਤੇ ਦੇਖੀ? ਅਸੀਂ ਤਾਂ ਰੌਲਾ ਪਾ ਕੇ ਜਗਾ ਰਹੇ ਹਾਂ, ਸਾਡੀ ਗੱਲ ਹੀ ਲੋਕਾਂ ਤੱਕ ਚਲੀ ਜਾਵੇ। ਇਹ ਤਰੀਕਾ ਕੀ ਹੈ ਬਾਹਰ ਸੁੱਟਣ ਦਾ? ਬਿਲਕੁਲ ਇਹੀ ਤਰੀਕਾ ਵਾ ਵੀ ਸਾਡੀ ਬੋਲੇ ਕੰਨਾਂ ਤੱਕ, ਸਰਕਾਰ ਤੱਕ ਆਵਾਜ਼ ਚਲੀ ਜਾਵੇ। ਨਾ ਸਰਕਾਰ ਮੰਨੀ ਤਾਂ ਕੀ ਕਰੋਗੇ? ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਅੰਦੋਲਨ ਦੀ ਤਿਆਰੀ ਕਰ ਰਹੇ ਹਾਂ? ਬਿਲਕੁਲ, ਤੁਸੀਂ ਵੇਖ ਸਕਦੇ ਹੋ ਵੱਡਾ ਅੰਦੋਲਨ ਵੀ ਤਿਆਰ ਕੀਤਾ ਜਾ ਰਿਹਾ। ਤਸਵੀਰ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ, ਕਿਸਾਨਾਂ ਦੀ ਬਦਹਾਲੀ ਦੀ ਤਸਵੀਰ ਹੈ ਕਿ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਜਿਹੜਾ ਹੈ ਬਾਸਮਤੀ ਨੂੰ ਸੁੱਟਿਆ ਜਾ ਰਿਹਾ। ਭਾਅ ਜੀ ਕੀ ਕਹਿਣਾ ਚਾਹੋਗੇ, ਕੀ ਰਹਿ ਗਿਆ ਬਾਸਮਤੀ ਦਾ ਮੁੱਲ, ਪਹਿਲੇ ਕੀ ਸੀ ਤੇ ਹੁਣ ਕੀ ਹੈ? ਵੇਖ ਲਓ ਜੀ ਤੁਸੀਂ, ਹੁਣ ਕੱਲ੍ਹ ਹਜੇ ਨਾਲਾ ਦੀ ਮੰਡੀ ਵਿੱਚ 1700 ਤੱਕ ਰੇਟ ਲੱਗਾ, ਬਿਲਕੁਲ ਹੀ ਰੋਲ ਦਿੱਤੀ ਆ ਜੀ ਫਸਲ ਕਿਸਾਨਾਂ ਦੀ ਇਹਨਾਂ ਮੰਡੀ 'ਚ। ਤੁਸੀਂ ਵੇਖ ਕੀ ਹੈ, ਪਹਿਲੇ ਤਾਂ ਬਾਸਮਤੀ ਦਾ ਮੁੱਲ 4000 ਸੀ। ਵੇਖੋ ਜੀ, ਸਰਕਾਰਾਂ ਵਾਅਦੇ ਕੁਛ ਹੋਰ ਕਰਦੀਆਂ ਨੇ ਅਤੇ ਪ੍ਰੈਕਟੀਕਲ ਕੁਛ ਹੋਰ ਹੁੰਦਾ ਵਾ। ਇਸ ਵੇਲੇ ਜੋ ਕਿਸਾਨਾਂ ਦਾ ਹਾਲ ਹੁੰਦਾ ਜੀ, ਕੀ ਕਰੂਗਾ, ਖਰਚਾ ਵੀ ਨਹੀਂ ਜੀ ਪੂਰਾ ਹੁੰਦਾ ਜੀ ਉਹਨਾਂ ਦਾ। ਕੀ ਮੰਨਦੇ ਹੋ ਕਿ 1700 'ਚ ਖਰਚ ਪੂਰਾ ਹੋ ਜਾਊਗਾ ਬਾਸਮਤੀ, ਕਿਉਂਕਿ ਇਹਦਾ ਖਰਚਾ ਵੀ ਜ਼ਿਆਦਾ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ ਹੋ ਜਾਏਗਾ।
ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਕਰਕੇ ਮਰ ਰਿਹਾ ਜੀ। ਆਹ ਜਿਹੜਾ ਐਰਕੀ ਸੀਜ਼ਨ ਆ, ਇਹ ਤੁਸੀਂ ਦੇਖ ਲਓ ਵੀ ਇਹਦਾ ਰਿਜ਼ਲਟ ਕੀ ਨਿਕਲੂਗਾ, ਕੀ ਕਰਨਗੇ ਜਿਨ੍ਹਾਂ ਨੇ 50-50 40-40 ਹਜ਼ਾਰ ਰੁਪਈਆ ਠੇਕੇ ਭਰਿਆ ਵਾ, ਉਹਨਾਂ ਦਾ ਠੇਕਾ ਨਹੀਂ ਪੂਰਾ ਹੋਣਾ। 1200 ਰੁਪਏ 'ਚ ਕਿੰਨੇ ਕੁ ਇੱਕ ਕਿੱਲੇ ਮਗਰ ਪੈਸੇ ਜਿਹੜੀ ਆ ਫਸਲ ਵੇਚ ਕੇ ਆਉਂਦੇ ਆ? ਵੇਖੋ ਜੀ, ਕੋਈ 18 ਕੁਇੰਟਲ ਨਿਕਲ ਰਿਹਾ ਜੇ, ਕੋਈ 17, ਕੋਈ 20, ਤੁਸੀਂ ਆਪ ਹਿਸਾਬ ਲਾ ਲਓ। ਜਿਹੜਾ 16-17-18 ਕੁਇੰਟਲ ਨਿਕਲ ਰਿਹਾ ਉਹਦਾ ਕੀ ਬਣੂਗਾ ਜੀ? ਉਹ ਖਰਚਾ ਪੂਰਾ ਕਰ ਲੂਗਾ ਜੀ। ਇੱਕ ਪੈਲੀ ਦਾ ਖਰਚ ਕਿੰਨਾ ਆਉਂਦਾ ਅਪਰੋਕਸੀਮੇਟਲੀ, ਅਗਰ ਗੱਲ ਕੀਤੀ ਜਾਵੇ ਤਾਂ ਕਿੰਨਾ ਖਰਚ ਆ ਜਾਂਦਾ ਪੈਲੀ ਦਾ? ਖਰਚ ਜੀ, ਮਿਹਨਤ ਦਾ ਸਾਰਾ ਪਾ ਕੇ ਲਾਈਏ ਹਿਸਾਬ ਆਪਾਂ ਤਾਂ 15-20 ਹਜ਼ਾਰ ਦੇ ਲਗਭਗ ਪਹੁੰਚ ਜਾਂਦਾ ਖਰਚਾ ਜੀ। ਜੇ ਸਾਰੀ ਮਿਹਨਤ ਆਪਣੀ ਪਾਈਏ, ਵਹੀਕਲ ਪਾਈਏ, ਆਪਣਾ ਤੇਲ ਪਾਈਏ, ਖਾਤਾਂ ਪਾਈਏ, ਕੁਛ ਸੁੰਡੀ ਦੀ ਮਾਰ ਪੈ ਜਾਂਦੀ ਆ, ਕੁਛ ਰਹਿੰਦੀ ਖੁੰਦੀ ਉੱਤੋਂ ਜੋ ਸਰਕਾਰਾਂ ਹਾਲਾਤ ਬਣਾਤੇ ਆ, ਕੀ ਕਰੂਗਾ ਜ਼ਿਮੀਂਦਾਰ? ਤੁਸੀਂ ਦੱਸੋ, ਹੱਥੋਂ ਪੈਸੇ ਪੈ ਰਹੇ ਇਸ ਵੇਲੇ? ਹਾਂ ਬਿਲਕੁਲ ਜੀ, ਠੇਕੇ ਜਿੰਨਾ ਠੇਕੇ ਪਏ ਆ ਉਹ ਤਾਂ ਮੇਰੇ ਹਿਸਾਬ ਨਾਲ ਕਿ ਛੱਡ ਜਾਣਗੇ। ਅਮੀਰ ਲੋਕ ਜਿਹੜੇ ਨੇ ਉਹ ਖਾਂਦੇ ਹੀ ਬਾਸਮਤੀ ਹੈ, ਪਰ ਬਾਸਮਤੀ ਨੂੰ ਜਿਹੜਾ ਜਨਮ ਦੇਣ ਵਾਲਾ ਕਿਸਾਨ ਹੈ ਉਹ ਖੁਦ ਆ ਸੜਕਾਂ 'ਤੇ, ਅਤੇ ਉਹਦੀ ਸੜਕ ਵੀ ਬਾਸਮਤੀ ਵੀ ਸੜਕ। ਤੁਸੀਂ ਵੀ ਚੌਲਾਂ ਦਾ ਰੇਟ ਹਾਲੇ ਵੀ 100-110 ਰੁਪਏ ਮੇਰੇ ਮਾਰਕੀਟ ਚੱਲ ਰਹੇ, ਇਸੇ ਕਰਕੇ ਸਵਾਲ ਕਰ ਰਹੇ ਹਾਂ ਕਿ ਇਹ ਸਭ ਤੋਂ ਮਹਿੰਗੀ ਬਾਸਮਤੀ ਹੈ, ਕਹਿੰਦੇ ਅਮੀਰ ਲੋਕ ਬਾਸਮਤੀ ਖਾਂਦੇ ਆ। ਦੇਖੋ ਉਹਨਾਂ ਦਾ ਸਟੋਰ 'ਤੇ ਹੋਇਆ ਹੈਗਾ, ਉਹਨਾਂ ਦਾ ਰੇਟ ਬਿਲਕੁਲ ਟੁੱਟ ਰਿਹਾ, ਚੌਲ 'ਤੇ ਅਜੇ ਵੀ 100 ਰੁਪਈਆ ਮਾਰਕੀਟ 'ਚ ਲੈ ਰਹੇ ਨੇ, ਮਜ਼ਦੂਰ ਵੀ ਵਿਚਾਰਿਆਂ ਨੂੰ ਲੈਣੇ ਪੈਂਦੇ ਆ, 100-110 ਰੁਪਈਏ ਵੀ ਚੌਲ ਚੱਲਣ ਡਿਆ, ਅਤੇ ਹੁਣ ਜੋ ਮੰਡਿਆ ਵਾ ਇਸ ਹਿਸਾਬ ਨਾਲ ਤਾਂ ਚੌਲ ਜਾਂ ਤਾਂ ਮਾਰਕੀਟ ਸਾਰੀ ਡਿੱਗੇ, ਇਹ ਕਿਸਾਨਾਂ 'ਤੇ ਕੋਈ ਭਾਰ ਪੈਣ ਡਿਆ, ਸਾਰਾ ਕਿਸਾਨਾਂ 'ਤੇ ਭਾਰ ਪੈਣ ਡਿਆ। ਵੇਖੋ ਜੀ, ਪ੍ਰਾਈਵੇਟ ਭਾਵੇਂ ਵਿਕ ਰਹੀ ਆ, ਪਰ ਸਰਕਾਰ ਨੂੰ ਦਖਲ, ਸਰਕਾਰਾਂ ਕਾਹਦੇ ਵਾਸਤੇ ਬਣਾਈਆਂ ਜੀ? ਸਰਕਾਰਾਂ ਕਾਹਦੇ ਵਾਸਤੇ ਬਣਾਈਆਂ? ਸੁੱਖ ਦੁੱਖ ਦੇ ਸਾਥੀ ਬਣਨ ਵਾਸਤੇ ਬਣਾਈਆਂ। ਜਦੋਂ ਸਰਕਾਰਾਂ ਹੀ ਸਾਥ ਨਾਲ ਛੱਡਣ, ਫਿਰ ਤੁਹਾਨੂੰ ਪਤਾ ਜਦੋਂ ਬਾਗ ਹੀ ਉੱਜੜ ਜਾਵੇ ਤਾਂ ਫਿਰ ਮਾਲੀ ਨਾ ਰਿਹਾ ਬਾਗ ਦੇ ਵਿੱਚ। ਹੁਣ ਹੱਲ ਕੀ ਹੈ ਇਹਦਾ? ਹੱਲ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਬਹੁਤ ਜ਼ਿਆਦੀਆਂ ਹੋਣ ਡੀਆਂ ਜੀ, ਹੱਲ ਇਹੋ ਹੀ ਸਰਕਾਰਾਂ ਅੱਗੇ ਜੋ ਡੈ ਕਰਨ ਕਿਸਾਨ ਵਿਚਾਰੇ ਵੀ ਸਾਡੀ ਸੁਣਵਾਈ ਹੁੰਦੀ ਜਾਵੇ, ਸਰਕਾਰਾਂ ਹੁਣ ਨਹੀਂ ਸੁਣਗੀਆਂ ਤਾਂ ਉਹਨਾਂ ਦੀ ਮਰਜ਼ੀ, ਬਾਕੀ ਅੱਗੇ ਨਿਕਲ ਆਉਣਗੇ ਰਿਜ਼ਲਟ ਜਿਹੜੇ। ਬਿਲਕੁਲ, ਤੁਸੀਂ ਵੇਖੋ ਕਿ ਸੜਕਾਂ ਦੇ ਉੱਤੇ ਕਿਸ ਤਰੀਕੇ ਨਾਲ ਸਭ ਤੋਂ ਮਹਿੰਗੀ ਜਿਹੜੀ ਹੈ ਫਸਲ ਹੈ ਬਾਸਮਤੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਾਸਮਤੀ ਦੇ ਹਾਲਾਤ ਇਸ ਵੇਲੇ ਕੀ ਹੈ ਕਿ ਇਸ ਵੇਲੇ ਪੈਰਾਂ 'ਚ ਰੁਲਦੀ ਹੋਈ ਨਜ਼ਰ ਆ ਰਹੀ ਹੈ। ਸੋਨੇ ਵੱਕਣ ਦੀ ਫਸਲ ਹੈ, ਔਰ ਅਗਰ ਗੱਲ ਕੀਤੀ ਜਾਵੇ ਤਾਂ ਬਾਸਮਤੀ ਜਿਹੜਾ ਹੈ ਉਹ ਬਹੁਤ ਮਹਿੰਗੀ ਵਿਕਦੀ ਹੈ, ਲੇਕਿਨ ਕੱਲ੍ਹ ਮੰਡੀ ਦੇ ਵਿੱਚ ਇਸਦਾ ਭਾਵ 1700 ਰੁਪਇਆ ਹੋ ਗਿਆ ਹੈ, ਜਿਸ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਲਾਗਤ ਤੱਕ ਨਹੀਂ ਮਿਲ ਰਹੀ, ਔਰ ਇਸ ਲਾਗਤ ਨਾ ਮਿਲਣ ਕਰਕੇ ਅੱਜ ਇਹ ਹਾਲਾਤ ਹੈ ਕਿ ਉਹਨਾਂ ਨੂੰ ਬਾਸਮਤੀ ਜਿਹੜੀ ਹੈ ਅੱਜ ਆਪਣੀ ਸੜਕਾਂ 'ਤੇ ਸੁੱਟਣੀ ਪੈ ਰਹੀ ਹੈ। ਤਾਂ ਕਿਸੇ ਵੇਲੇ ਇਸ ਫਸਲ ਦਾ 4000 ਰੁਪਇਆ ਭਾਅ ਹੁੰਦਾ ਸੀ, ਲੇਕਿਨ ਅੱਜ ਇਸ ਫਸਲ ਦਾ ਭਾਅ ਜਿਹੜਾ ਹੈ ਮਹਿਜ਼ 1700 ਰੁਪਏ ਤੱਕ ਰਹਿ ਗਿਆ ਹੈ। ਤਾਂ ਬਾਸਮਤੀ ਦੀ ਘਟਦੀ ਕੀਮਤਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੇ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਟੈਸਟ ਵੀ ਕੀਤੇ ਜਾਣਗੇ, ਔਰ ਜਿਸ ਤਰੀਕੇ ਦੇ ਨਾਲ ਇਸ ਰੇਟ ਨੂੰ ਲਗਾਇਆ ਗਿਆ ਹੈ ਤਾਂ ਆਉਣ ਵਾਲੇ ਸਮੇਂ 'ਚ ਸ਼ਾਇਦ ਕੋਈ ਬਾਸਮਤੀ ਲਗਾਵੇ ਵੀ ਨਾ, ਕਿਉਂਕਿ ਜਿਸ ਤਰ੍ਹਾਂ ਜ਼ਮੀਨਾਂ ਠੇਕੇ 'ਤੇ ਦਿੱਤੀਆਂ ਗਈਆਂ ਨੇ, ਕੁਝ ਕਿਸਾਨ ਭਰਾਵਾਂ ਵੱਲੋਂ ਠੇਕੇ 'ਤੇ ਲਿੱਤੀਆਂ ਵੀ ਜਾਂਦੀਆਂ ਨੇ, ਉਹਦਾ ਮੁੱਲ ਵੀ ਉਹਨਾਂ ਨੂੰ ਮਿਲ ਰਿਹਾ, ਔਰ ਕਿਸਾਨੀ ਇਸ ਵੇਲੇ ਸੜਕਾਂ 'ਤੇ ਰੁਲਦੀ ਤਾਂ ਨਜ਼ਰ ਆ ਰਹੀ ਹੈ, ਜਿਸ ਦੀ ਇੱਕ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।